ਧੁੱਪ ਬਈ ਬਾਹਲੀ ਘੈਂਟ ਆਈ ਆ ਦੇਖੋ ਐਨ ਘੈਂਟ ਹੋਇਆ ਪਿਆ ਮੌਸਮ। ਨਰਮੈਲ ਸਿੰਘ ਜੀ ਖਾ ਰਹੇ ਰੋਟੀ ਨੂਰੀ ਗੜ੍ਹ ਦੀ ਬਾਹਰ, ਮੈਸਾਂ ਪਈਆਂ ਸੁੱਤੀਆਂ। ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਕਿਵੇਂ ਹੋ ਸਾਰੇ ਜਾਨਵਰ ਸੈੱਟਾਂ ਸਾਰਿਆਂ ਦੇ ਘਰ ਪਰਿਵਾਰ ਵਧੀਆ ਅਤੇ ਭਾਊ ਦਾ ਕਰਾਓ ਰਿਸ਼ਤਾ। ਰਿਸ਼ਤਾ ਕਰਾਉਣ ਵਾਲੇ ਨੂੰ 1000 ਇਨਾਮ ਦਿੱਤਾ ਜਾਵੇਗਾ। ਅਤੇ ਕਬੂਤਰ ਵੱਲ ਮਾਰ ਲਈ ਨੇਗਾ ਬਾਈ, ਹਲੇ ਆਪਾਂ ਨੇ ਕੱਢਣੇ ਨਹੀਂ ਬਾਹਰ ਕਿਉਂਕਿ ਪਾਣੀ ਪੂਣੀ ਚੇਂਜ ਕਰਨੇ ਆਉਣਾ ਇਹਨਾਂ ਦਾ। ਉਹ ਹਾਂ ਬਈ ਲਓ ਭਾਈ, ਇਹ ਖੁਸ਼ਖਬਰੀ ਔਰ ਹੋ ਗਈ ਹੈ, ਅੰਡਾ ਧਰ ਲਿਆ ਹੈ ਕਬੂਤਰ ਸੈੱਟਣੇ। ਹਾਂ ਹਾਂ ਹਾਂ, ਆਹ ਕਬੂਤਰੀ ਨੇ ਵੀ ਅੰਡਾ ਧਰਨਾ ਹੈ। ਇੱਧਰ ਸਾਲੇ ਧਰ ਨਹੀਂ ਰਹੇ, ਪਤਾ ਨਹੀਂ ਕੀ ਚੱਕਰ ਪੈ ਗਿਆ। ਕਬੂਤਰ ਬਾਈ ਸੈੱਟਾਂ ਸਾਰੇ, ਬਾਕੀ ਇੱਕ ਦੋ ਨੂੰ ਦਵਾਈ ਦੇਣ ਵਾਲੀ ਆ ਉਹ ਦਿੰਦੇ ਹੈ। ਗੁਲਾਬੀ ਉੱਪਰ ਬੈਠ ਗਿਆ, ਗੁਲਾਬੀ ਨੇ ਡੱਬਾ ਲਾਇਆ ਹੋਇਆ ਕੰਮ 'ਤੇ, ਆਹ ਅੰਡੇ ਦੇਣ ਨੂੰ ਉਹ ਸਾਂਭਣ ਨੂੰ ਬਚਾ, ਹਾਲੇ ਤੱਕ ਇੱਕ ਵੀ ਨਹੀਂ ਪਲਿਆ ਸਾਲਿਆਂ ਦਾ। ਅਤੇ ਚਲੋ ਜੱਸਾ ਹਾਲੇ ਗਿਆ ਹੋਇਆ, ਮਾੜਾ ਜਿਹਾ ਆ ਜਾਣ ਦਿਉ, ਫਿਰ ਇਹਨਾਂ ਨੂੰ ਕੱਢਦੇ ਹਾਂ ਬਾਹਰ। ਕਬੂਤਰਾਂ ਨੂੰ ਬਾਹਰ ਹੀ ਕੱਢਾਂਗੇ ਯਾਰ, ਡੇਲੀ ਬਾਹਰ ਕੱਢ ਲਿਆ ਕਰਨੇ 20-25 ਮਿੰਟ, ਜਿੱਦਣ ਕੋਈ ਹੋਇਆ ਕਰੂਗਾ ਕੰਮ ਕਾਰ ਉਦਣ ਨਹੀਂ ਕੱਢਾਂਗੇ। ਅਤੇ ਭਾਊ ਨੇ ਵਾਲ ਵੂਲ ਕਟਾ ਕੇ ਆਉਣੇ ਆ ਹਾਲੇ, ਉਹਦੇ ਬਾਅਦ ਆ ਉੱਪਰਲੀ ਪਰਾਲੀ ਪਰੂਲੀ ਚੱਕ ਦੇਣੀ ਆ ਆਪਾਂ ਨੇ, ਚੱਕ ਕੇ ਟੋਕਾ ਕਰ ਦੇਣਾ, ਠੀਕ ਆ ਭਾਊ, ਐਨ ਸਾਫ਼ ਸਫਾਈ ਕਰ ਦੇਣੀ, ਚੱਕ ਦੇਣੀ ਆ ਪਰਾਲੀ ਆਹ ਉੱਪਰਲੀ, ਉਹ ਤੋਂ ਬਾਅਦ ਫਿਰ ਦੇਖਦੇ ਹਾਂ ਕੰਮ ਕਾਰ। ਅਤੇ ਜੱਸੇ ਦਾ ਚੈਨਲ ਵੀ ਬਾਈ ਕਰ ਲਓ ਸਬਸਕ੍ਰਾਈਬ, ਠੀਕ ਆ। ਅਤੇ ਇੱਕ ਚੈਨਲ ਹੋਰ ਹੁਣ ਸ਼ੁਰੂ ਕਰਨਾ ਅਸੀਂ ਟਰੈਵਲਿੰਗ ਵਾਲਾ, ਦੇਖਦੇ ਹਾਂ ਠੀਕ ਆ, ਥੋੜ੍ਹੇ ਦਿਨਾਂ 'ਚ ਕਰਾਂਗੇ। ਪਹਿਲਾਂ ਡਰਾਉਣ ਕੈਮਰਾ ਲੈ ਕੇ ਆਉਣਾ ਅਤੇ ਮੈਕ ਲੈ ਕੇ ਆਉਣੇ ਨੇ, ਉਹ ਤੋਂ ਬਾਅਦ ਕਰਾਂਗੇ ਸ਼ੁਰੂ। ਅਤੇ ਹੁਣ ਇੱਕ ਅੱਧੇ ਦਿਨ 'ਚ ਟੂਰ ਵੀ ਹੋਊਗਾ ਸ਼ਿਮਲੇ ਸ਼ਿਮਲੇ ਦਾ ਜਾਂ ਮਨਾਲੀ ਦਾ। ਤੂੰ ਤਾਂ ਹਰਾ ਹੋ ਗਿਆ ਭਾਊ, ਬਿਲਕੁਲ ਐਂ ਨਾ, ਬਹੁਤ ਸੋਹਣਾ ਲੱਗਦਾ। ਕੰਮ ਕੁੰਮ ਨਿਬੇੜ ਕੇ ਬਾਈ ਆ ਗਏ ਕਬੂਤਰਾਂ ਵੱਲ, ਅਤੇ ਨੂਰੀ ਨੂੰ ਨਲਾਉਣਾ। ਨੂਰੀ ਦੇਖੋ ਕਿੰਨੀ ਗੰਦੀ ਹੋਈ ਪਈ ਹੈ। ਅਤੇ ਆ ਲਿਆਂਦਾ ਇਹਦਾ ਨਲਾਉਣ ਵਾਲਾ ਸ਼ੈਂਪੂ ਸ਼ੈਂਪੂ ਜਿਹਾ, ਅਤੇ ਨਲਾਉਣਾ ਇਹਨੂੰ, ਕਬੂਤਰ ਬਾਹਰ ਛੱਡਦੇ ਹਾਂ ਨਾਲੇ। ਜੱਸਾ ਲੈਣ ਗਿਆ ਗਰਮ ਪਾਣੀ ਇਹਨਾਂ ਨੂੰ ਪਾਉਣ ਨੂੰ ਕੋਸਾ ਜਿਹਾ, ਫਿਰ ਛੱਡਦੇ ਹਾਂ ਬਾਹਰ। ਲਓ ਬਾਈ ਕੁੰਡਾ ਖੋਲ੍ਹਿਆ ਤਾਂ ਗੁਲਾਬੀ ਉੱਡ ਗਿਆ, ਆਹ ਦੇਖੋ ਹੈਂ, ਆਹ ਦੇ ਲੈਣ ਦੇ 5-7 ਗੇੜੇ, ਵੈਰੀ ਵੂਰੀ ਨਾ ਆ ਜਾਵੇ। ਆਹ ਹੋ ਗਿਆ, ਖੋਲ੍ਹ ਲਈ ਨੂਰੀ। ਇੱਧਰ ਨਵਾਂ ਫੈਸ਼ਨ, ਚੱਪਲਾਂ ਨਾਲ ਜਰਾਬਾਂ, ਬੂਟ ਖੋਲ੍ਹ ਕੇ ਆਉਂਦੇ ਤੇ ਮੈਂ ਠੰਡ ਜੀ ਲੱਗਦੀ, ਮੈਂ ਕਿਹਾ ਚੱਲ ਜਰਾਬਾਂ ਪਾ ਰੱਖਦੇ ਹਾਂ। ਕਿੱਧਰ ਗਿਆ, ਕਿੱਥੇ ਗਿਆ, ਤੁਹਾਨੂੰ ਦਿਖਾ, ਆਹ ਦੇਖੋ ਆਹ ਫਿਰਦਾ ਬਾਈ ਗੁਲਾਬੀ। ਕਿੰਨੇ ਮਹੀਨੇ ਮਗਰ ਉਡਾਇਆ ਹੋਣਾ ਇਹ, 6 ਤਾਂ ਨਹੀਂ ਹੋਏ, ਆਪਾਂ ਡਾਉਂਦੇ ਨਹੀਂ ਰਹੇ ਬੱਚਿਆਂ ਨਾਲ, ਹੋ ਗਏ 3, ਨਹੀਂ ਭਾਈ ਧੁੰਦਾਂ ਤੋਂ ਪਹਿਲਾਂ ਤਾਂ ਬੰਦ ਕਰਿਆ ਹੋਇਆ, ਹੋ ਗਏ ਹੋਣੇ 6 ਮਹੀਨੇ। ਹਾਂ ਗੁਲਾਬੀ ਨੂੰ ਆਹ ਦੇਖੋ, ਵਧੀਆ ਵਧੀਆ ਕੱਢਣ ਦੇ ਗੇੜੇ, ਕੱਢਦਾ ਚੱਲ। ਆਹ ਦੇਖੋ ਲੈ ਬਾਈ, ਕਰ ਲਓ ਚੈੱਕ, ਓਕੇ ਰਿਪੋਰਟ। ਮੈਂ ਕਹਿੰਦਾ ਅਕਲ ਆ ਗਈ ਜੱਸੇ ਹੁਣ ਇਹਨੂੰ, ਹੈ ਨਾ, ਟੇਕੇ ਉੱਡਦਾ ਨਹੀਂ ਤਾਂ ਉੱਧਰ ਨੂੰ ਉੱਧਰ ਨੂੰ। ਕੱਢ ਦਈਏ ਬਾਹਰ, ਕੱਢਦੇ ਕੱਢਦੇ ਖੋਲ੍ਹਦੇ ਹੁੰਦਾ, ਕੱਢਣ ਲੱਗਿਆ ਬਾਈ ਕਬੂਤਰ ਬਾਹਰ, ਰੋਜ਼ ਹੁਣ ਕੱਢਿਆ ਕਰਨੇ ਆ।
ਕੱਢ ਦੇ ਕੱਢ ਦੇ ਹੈ ਮੋਟਰ ਉਹਨੂੰ ਕਹਿੰਦੇ ਰਾਜੇ ਨੂੰ ਕਹਿ ਦਿੰਦੇ ਆ ਚਿੱਤਣਾ ਚ ਤੇਰੀ ਖਾਜ ਨੀ ਹਟਦੀ ਤੇਰੇ ਲੂਣ ਮਿਰਚ ਪਾ ਦੇਣਾ ਸਾਲਿਆ ਚਿੱਤਣਾ ਚ ਆ ਗਿਆ ਬਈ ਗੁਲਾਬੀ ਇਹ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਵੈਰੀ ਗੁੱਡ ਚਾਲ ਓਕੇ ਰਿਪੋਰਟ ਕੰਨੀ ਕੁੰਨੀ ਪੱਟਣ ਦੀ ਲੋੜ ਤਾਂ ਨੀ ਡੱਬੇ ਦੀਆਂ ਸਾਰੀ ਨਿਕਲਿਆ ਚਲੋ ਵੀ ਨਿਕਲੇ ਸਾਰੇ ਕਬੂਤਰ ਬਾਹਰ ਜਾਈ ਦਾ ਡੱਬਾ ਕੰਨੀ ਵੀ ਨਵੀਆਂ ਕੰਨੀਆਂ ਤਾਂ ਪੁਰਾਣੀਆਂ ਕੰਨੀਆਂ ਪੱਟ ਦਿੰਦੇ ਹਾਂ ਕੋਈ ਨੀ ਹਾਲੇ ਛੱਡ ਦੇ ਲੱਗ ਗਏ ਮੈਨੂੰ ਰੀਨ ਨੜਾਉਣ ਦੇਖੋ ਕਿਵੇਂ ਕਰ ਰਹੀ ਹੈ ਕਬੂਤਰ ਫਿਰਦੇ ਆ ਭੱਜੇ ਆ ਪਾਣੀ ਪਾਣੀ ਹੋ ਗਿਆ ਲਓ ਵੀ ਅੰਦਰ ਪਾ ਦੇ ਦਾਣੇ ਕਬੂਤਰਾਂ ਨੂੰ ਇਹਨੂੰ ਵਾੜ ਦਿੰਦੇ ਹੁਣ ਅੰਦਰ ਕਿਉਂਕਿ ਬਾਹਰ ਤੰਗ ਕਰੀ ਜਾਂਦੇ ਆ ਇਹ ਚਲੋ ਵੀ ਚਲੋ ਖਾਓ ਦਾਣੇ ਅੰਦਰ ਚਲੋ 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 ਟਿੱਡੇ ਚਲੋ ਵੈਰੀ ਗੁੱਡ ਚਲੋ ਚਲੋ ਚੱਲ ਉਹ ਸਾਲੇ ਅੰਦਰ ਨਹੀਂ ਦਿਖਦਾ ਤੁਹਾਨੂੰ ਚਲੋ 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 ਲੈ ਦਾਣੇ ਜਾਲੀ ਦੇ ਵਿੱਚ ਨੂੰ ਭਾਲਦੇ ਨੇ ਸਾਲੇ ਚੱਲ ਚੱਲ ਵੀ ਖੁੱਡੇ ਖੁੱਡਾ ਨਹੀਂ ਦਿਖਦਾ ਚਲੋ 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 ਸ਼ਾਲ ਓਕੇ ਹੋ ਗਈ ਰਿਪੋਰਟ ਕਬੂਤਰ ਦਾ ਹੋ ਗਏ ਬਾਈ ਇੱਕੋ ਜਗ੍ਹਾ 'ਤੇ ਇਕੱਠੇ ਅਤੇ ਲੱਗਿਆ ਨੂਰੀ ਨੂੰ ਨੜਾਉਣ ਨੂਰੀ ਤੰਗ ਬਹੁਤ ਕਰਦੀ ਹੈ ਤਿੰਨ ਜਣੇ ਲੱਗੇ ਹੋਏ ਆ ਪਹਿਲਾਂ ਲਾਈ ਬਿੰਮ ਇਹਨਾਂ ਨੂੰ ਇਹਨੂੰ ਭਾਂਡਿਆਂ ਵਾਲੀ ਰਿੰਨ ਲਾ ਲਾ ਬਿੰਮ ਲਾ ਲਾ ਇੱਕੇ ਹੋ ਗਈ ਠੀਕ ਆ ਅਤੇ ਆਹ ਹੈਗਾ ਸ਼ੈਂਪੂ ਤੇਜ ਪਾਇਆ ਹੈ ਰੰਗ ਕਾਟ ਜਿਹੜਾ ਹਲਵਾਈ ਪਾਉਂਦੇ ਹੁੰਦੇ ਆ ਲੱਡੂਆਂ 'ਚ ਰੰਗ ਕਾਟ ਉਹ ਪਾਇਆ ਹੋਇਆ ਉਹਦੇ ਨਾਲ ਨਿੱਖਰ ਜਾਂਦੀ ਹੈ ਨਾਲੇ ਬਾਲ ਬੂਲ ਵਧੀਆ ਆਉਂਦੇ ਨੇ ਧੱਕਾ ਹੀ ਆ ਜੱਸੇ ਦਾ ਹੈ ਕਿ ਕੋਈ ਚੱਕਰ ਨਹੀਂ ਬਸ ਠੀਕ ਹੈ ਠੀਕ ਹੈ ਚਮਕਣ ਲੱਗ ਗਈ ਜਿਹੜੀ ਸਾਈਡ ਤੋਂ ਲੈ ਧੋਤੀ ਹੈ ਹਾਂ ਭਾਊ ਆਪ ਵੀ ਨਹਾ ਲਿਆ ਕਰ ਸਾਲਿਆ ਕਦੇ ਹਾਂ ਹਾਂ ਹੁਣ ਤਾਂ ਲੱਗਦੀ ਹੈ ਸਾਫ਼ ਹੈ ਨਾ ਇੱਧਰ ਸਾਈਡ ਹੋ ਕੇ ਦਿਖਾਉਣਾ ਐਨ ਓਕੇ ਇੰਨਾ ਤਾਂ ਕੋਈ ਸਾਡਾ ਦੂਲੇ ਨੂੰ ਨੀ ਨੜਾਉਂਦਾ ਮਲ ਮਲ ਕੇ ਉਹ ਵਿਆਹ ਵਾਲੇ ਨੂੰ
ਹੈ ਜਿੰਨਾ ਇਹਨੂੰ ਲੱਗੇ ਹੋਏ ਤਿੰਨ ਜਣੇ ਪਾਓ ਤੇਰੀ ਵੀ ਨਾਈ ਤੂੰ ਇੱਕ ਨੇ ਕਰਾਉਣੀ ਹੈ ਬਟਨਾ ਬਟਨਾ ਲਾ ਕੇ ਠੀਕ ਆ ਤੈਨੂੰ ਉੱਥੇ ਬਿਠਾ ਲੈਣਾ ਚੌਂਕ 'ਚ ਪਿੰਡ ਵਾਲੇ ਚੌਂਕ 'ਚ ਓਏ ਹਾਂ ਆਇਆ ਮਸਾਂ ਤਾਂ ਰਿਸ਼ਤਾ ਹੋਣਾ ਉੱਥੇ ਤੈਨੂੰ ਨਹਾਈ ਧੋਈ ਤੇਰੀ ਉੱਥੇ ਹੀ ਕਰਾਵਾਂਗੇ ਲਾਈਵ ਚਲਾਵਾਂਗੇ ਯੂਟਿਊਬ 'ਤੇ ਠੀਕ ਆ ਭਾਈ ਕਰਾਓ ਭਾਊ ਦਾ ਰਿਸ਼ਤਾ ਫਿਰ ਸਾਲਿਆ ਬਾਲੇ ਨਾਲ ਪੜਦੀ ਕਦੇ ਪੱਪੂ ਜੇ ਹੱਥ ਜਾ ਜਾਵੇ ਹੈ ਓਏ ਜਿਹੜੇ ਹਿਸਾਬ ਨਾਲ ਲੱਗਿਆ ਹੋਇਆ ਧੱਕਾ ਕਰਦਾ ਇਹ ਹਨਾ ਧੱਕਾ ਨਾ ਕਰ ਭਾਊ ਕਿਹੜੇ ਪੂਛੇ ਹੱਥ ਜਾ ਜਾਵੇ ਖੱਚਰ ਜੀ ਬਣ ਜਾਵੇ ਨਹਾ ਧੋ ਕੇ ਹੋ ਗਏ ਬਾਈ ਆਪਾਂ ਰੈਡੀ ਅਤੇ ਉੱਪਰਲੇ ਪੱਠਿਆਂ ਨੂੰ ਵੀ ਦਾਣਾ ਪਾਣੀ ਪਾ ਜਾਂਦਾ ਤਾਂ ਵੀਡੀਓ ਬਣੀ ਨਹੀਂ ਕਿਉਂਕਿ ਥੋੜ੍ਹਾ ਜਿਹਾ ਫੋਨ ਚਾਰਜ ਲਾਇਆ ਤਾ ਹੁਣ ਆਪਾਂ ਚੱਲਦੇ ਹਾਂ ਗਰਾਊਂਡ 'ਚ ਨੂੰ ਗਰਾਊਂਡ 'ਚ ਜਾ ਕੇ ਦੇਖੀਏ ਕਿੰਨਾ ਕੰਮ ਕਾਰ ਹੋ ਗਿਆ ਗੁਰਦੁਆਰਾ ਸਾਹਿਬ ਦੇਖ ਲਓ ਦਰਸ਼ਨ ਕਰ ਲਓ ਅਤੇ ਚਲੋ ਚੱਲਦੇ ਹਾਂ ਆਪਾਂ ਹੁਣ ਪਹੁੰਚ ਗਏ ਜੀ ਆਪਾਂ ਗਰਾਊਂਡ 'ਚ ਬੈਡਮਿੰਟਨ ਵਾਲਾ ਤਾਂ ਬਣ ਗਿਆ ਗਰਾਊਂਡ ਤੁਹਾਨੂੰ ਦਿਖਾਉਣਾ ਅਤੇ ਉਹ ਵੀ ਤਿੰਨ ਖਾਲੀਆਂ ਜਿਹੀਆਂ ਲੱਗ ਗਈਆਂ ਬਸ ਦੋ ਰਹਿ ਗਈਆਂ ਕੱਲ੍ਹ ਕੁੱਲ ਨੂੰ ਹੋ ਜਾਣਗੀਆਂ ਕੰਪਲੀਟ ਆ ਲਾਈਟਾਂ ਲੂਟਾਂ ਵੀ ਹੋ ਗਈਆਂ ਕੰਪਲੀਟ ਅਤੇ ਬਾਕੀ ਰਾਤ ਨੂੰ ਦਿਖਾ ਦੂੰਗਾ ਤੁਹਾਨੂੰ ਕਿਵੇਂ ਮੱਚਦੀਆਂ ਆਹ ਦੇਖ ਲਓ ਬੈਡਮਿੰਟਨ ਵਾਲਾ ਓਕੇ ਆ ਰਿਪੋਰਟ ਬਾਕੀ ਸਫਾਈ ਸਫੂਈ ਜੀ ਦੇਣੀ ਇਹਨੂੰ ਪੇਂਟ ਕਰਨਾ ਇਹ 'ਚ ਸਾਰਾ ਕੁਛ ਐਨ ਬਣਾਵਾਂਗੇ ਘੈਂਟ ਅਤੇ ਆਹ ਦੇਖੋ ਆਹ ਡਿਜ਼ਾਇਨ ਚੇਂਜ ਕਰਤਾ ਥੋੜ੍ਹਾ ਜਿਹਾ ਉੱਦਣ ਥੋੜ੍ਹਾ ਜਿਹਾ ਮਿਸਤਰੀਆਂ ਤੋਂ ਗਲਤ ਬਣ ਗਿਆ ਤਾ ਦਿਖਾਉਣਾ ਤੁਹਾਨੂੰ ਮੈਂ ਫਿਰ ਉਹ ਪੱਟ ਕੇ ਅੱਜ ਸੈੱਟ ਕਰਿਆ ਦੇਖੋ ਤਾਂ ਹੁਣ ਓਕੇ ਆ ਐਨ ਓਕੇ ਰਿਪੋਰਟ ਹੈ ਨਾ ਚਲੋ ਫਿਰ ਇੰਨੇ ਘੁੰਮਦੇ ਹਾਂ ਉਰੇ ਫਿਰ ਜਾਵਾਂਗੇ ਘਰ ਨੂੰ ਹੁਣ ਪਹੁੰਚ ਗਏ ਵੀ ਆਪਾਂ ਘਰ ਅਤੇ ਪਰਾਲੀ ਲਾ ਤੀ ਭਾਊ ਨੇ ਖੁੱਡੇ ਤੋਂ ਓਕੇ ਆ ਰਿਪੋਰਟ ਬਾ ਠੀਕ ਆ ਠੀਕ ਆ ਆਹ ਥੋੜ੍ਹੀ ਜਿਹੀ ਰਹਿ ਗਈ ਹੈ ਚੱਲ ਕੱਲ੍ਹ ਨੂੰ ਕਰਦੀ ਇਹਦਾ ਕਬੂਤਰ ਸੈੱਟ ਨੇ ਐਨ ਰੱਜੇ ਬੈਠੇ ਨੇ ਅਤੇ ਇੱਕ ਦੋ ਤਿੰਨ ਚਾਰ ਪੰਜ ਛੇ ਜੋੜਿਆਂ ਨੇ ਰੱਖ ਲਿਆ ਅੰਡੇ ਹੁਣ ਨੂਰੀ ਵੱਲ ਵੀ ਦੇਖ ਲਈ ਹੈ ਚਿੱਟੀ ਨਿਕਲੀ ਹੈ ਕਿ ਨਹੀਂ ਨਿਕਲੇ ਚਿੱਟੀ ਹੋਈ ਐਨ ਓਕੇ ਏਅਰਪੋਰਟ ਸੁੰਨ ਜੀ ਹੋਈ ਖੜੀ ਹੈ ਸੁੱਕ ਗਈ ਹੈ ਨਾ ਜਮਾਂ ਹੀ ਜਿਹੜੇ ਹਿਸਾਬ ਨਾਲ ਧੁੱਪ ਚਲੇ ਗਈ ਤੀ ਲੈ 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 ਹੜਾ ਕਿਆ ਫੁੱਦੂ ਕੰਮ ਕਰੀ ਜਾਂਦਾ ਪਾਣੀ ਲਿਆਂਦਾ ਬਾਈ ਗਰਮ ਅਤੇ ਖੜ ਜਾਓ ਇੱਕ ਮਿੰਟ ਇੱਥੇ ਰੱਖ ਦਿੰਦੇ ਚਲੋ ਖੋਲਿਆ ਗੇਟ ਆਪਾਂ ਨੇ ਪਾਣੀ ਪਾ ਦਿੰਦੇ ਹਾਂ ਹੁਣ ਗਰਮ ਅਤੇ ਪਾ ਦਿੰਦੇ ਹਾਂ ਦਾਣੇ ਤਾਂ ਕਿ ਕਬੂਤਰਾਂ ਨੂੰ ਛੇਤੀ ਕਰ ਦਾਂਗੇ ਬੰਦ ਆਪਾਂ ਪਹਿਲਾਂ ਦੇਖ ਲਈਏ ਸਾਫ ਹੈ ਓਹੋ ਚਲੋ ਖੋਲਣ ਦਿਓ ਪਹਿਲਾਂ ਪਹਿਲਾਂ ਤਾਂ ਪਾਈਏ ਆਪਾਂ ਸਰੋਂ ਸਰੋਂ ਵੀ ਮੁੱਕਣ ਵਾਲੀ ਹੈ ਕੱਲ੍ਹ ਨੂੰ ਭਰਾਂਗੇ ਇਹਨੂੰ ਕਣਕ ਵੀ ਮੁੱਕਣ ਵਾਲੀ ਹੈ ਕੱਲ੍ਹ ਨੂੰ ਉਹ ਵੀ ਭਰਾਂਗੇ ਅਤੇ ਦੂਜੇ ਦਾਣਾ ਦੂਣਾ ਮਿਕਸ ਕਰਾਂਗੇ ਕੱਲ੍ਹ ਨੂੰ ਫੇਰ ਦੁਬਾਰਾ ਇੱਕ ਵਾਰੀ ਕਿਉਂਕਿ ਹੁਣ ਤਾਂ ਲੋੜ ਹੈ ਇਹਨਾਂ ਦਾਣੇ ਦੀ ਚਲੋ ਦੋ ਤਿੰਨ ਢੱਕਣ ਪਾ ਦਿੰਦੇ ਆਪਾਂ ਕਣਕ ਦੇ ਇੱਕ ਮਿੰਟ ਥੱਲੇ ਹੀ ਪਾ ਦੇਣੇ ਹੁਣ ਆਪਾਂ ਸਾਫ਼ ਹੈ ਜਗ੍ਹਾ ਐਨ ਠੀਕ ਹੈ ਕਿਉਂਕਿ ਟਰੇਆਂ ਦੋ ਤਿੰਨ ਦਿਨ ਮਗਰੋਂ ਚੱਕੀਆਂ ਨੇ ਅੱਜ ਇੱਥੇ ਚੁੱਕ ਲੈਣਗੇ ਆਰਾਮ ਦੇ ਨਾਲ
ਬਹੁਤ ਹੈ, ਥੋੜ੍ਹੇ ਪਾਏ ਦਿੰਦੇ ਹਾਂ ਅੱਧਾ ਕੁ ਢੱਕਣ। ਓਕੇ ਰਬਟ, ਇਹਨੂੰ ਛੱਡਦੇ ਹਾਂ ਇਹ 'ਚ, ਇਹਨੂੰ ਰੱਖਦੇ ਇੱਥੇ, ਖੜ ਜਾ ਪਹਿਲਾਂ ਦੇਖ ਵੀ ਲਈਏ, ਕਈ ਵਾਰ ਖੁਸ਼ਖਬਰੀ ਵੀ ਹੋ ਜਾਂਦੀ ਹੈ। ਹਾਂ ਬਈ, ਨਹੀਂ ਹਲੇ ਨਹੀਂ, ਚਲੋ ਆ ਜਾਓ ਬਈ, ਆ ਜਾਓ ਆ ਜਾਓ। ਹੈ ਉਹ ਜੱਗ ਪਾਣੀ ਕਾਹਦੇ ਡੋਲਤਾ, ਹਲੇ ਕੋਸਾ ਪਾਣੀ ਰੱਖਿਆ ਤਾ ਮੈਂ, ਚੱਲ ਫਿਰ ਤਾਂ ਠੀਕ ਹੈ ਕੋਸਾ। ਲਓ ਬਈ, ਲਾਗੇ ਕਬੂਤਰ ਚੁਗਣ ਦਾਣੇ, ਚੁਗ ਲੈਣਗੇ ਹੁਣ ਕਬੂਤਰ। ਉੱਕੇ ਦੀ ਰਿਪੋਰਟ ਨੇ, ਸਿਰਫ ਇੱਕੇ ਕਬੂਤਰ ਹੀ, ਲਾਲ ਸੀਰੀ ਹੁਣ ਪਹਿਲਾਂ ਦਵਾਈ ਦੇ ਦਿੱਤੀ, ਹੁਣ ਸ਼ਾਮ ਨੂੰ ਦੇਵਾਂਗੇ ਦਵਾਈ, ਜੱਸੇ ਦੇ ਆਏ ਤੇ ਉਹ ਬੈਠੀ ਉੱਪਰ, ਕੋਈ ਨਹੀਂ ਉਹਨੂੰ ਦਿੰਦੇ ਹਾਂ ਦਵਾਈ ਫਿਰ, ਇਹਨੇ ਚੁਗਣ ਦਿਓ ਇਹਨਾਂ ਨੂੰ। ਅਤੇ ਹੁਣ ਮਿਲਾਂਗੇ ਆਪਾਂ ਸਿੱਧਾ ਸ਼ਾਇਦ ਦੁੱਧ ਪਾਉਣ ਟਾਈਮ, ਨਹੀਂ ਫਿਰ ਗਰਾਊਂਡ 'ਚ, ਠੀਕ ਆ, ਉੱਥੋਂ ਐਂਡਿੰਗ ਕਰਾਂਗੇ ਅੱਜ। ਗਰਾਊਂਡ ਦੀਆਂ ਸਾਰੀਆਂ ਲਾਈਟਾਂ ਲੂਟਾਂ ਤੁਹਾਨੂੰ ਦਿਖਾਵਾਂਗੇ, ਠੀਕ ਆ, ਅਤੇ ਚਲੋ ਚੁਗਣ ਦਿਓ। ਹੈ ਗੁਰੀ, ਉਹਨਾਂ ਦਾ ਮੈਚ ਲੱਗਿਆ ਹੋਇਆ ਬਈ, ਕਿੰਨੇ ਕਿੰਨੇ ਪੁਆਇੰਟ ਹੋਏ ਹੋਏ ਆ? ਨਾ ਨਾ, ਦੇਖਦੇ ਐਂਡ ਵਾਲਾ ਕਿਹਦੇ ਵੱਲ ਹੁੰਦਾ, ਕਿਉਂਕਿ ਮੇਥੋਂ ਤਾਂ ਹਾਰ ਹੀ ਜਾਂਦੇ ਆ ਵਿਚਾਰੇ ਦੋਏ। ਉਹ ਤੇਰੀ, ਓ ਪਲੇਅਰ ਸਾਹਿਬ ਜੀ ਹਾਰ ਗਏ, ਜਿੱਤ ਗਿਆ ਗੁਰੀ ਸਿੰਘ। ਚਲੋ ਦੁੱਧ ਪਾਇਆ ਹੀ ਹੈ ਫਿਰ, ਦੁੱਧ ਚੱਕ ਲਿਆ ਗੁਰੀ, ਅੰਦਰੋਂ ਅੰਦਰੋਂ ਚੱਕ ਲਿਆ, ਗੋਹੇ 'ਚ ਗਈ, ਮਨ ਲੱਗਦਾ ਬਾਈ ਗੋਹੇ 'ਚ ਮਾਰੀ ਉਹਨਾਂ ਨੇ ਬੋਲ। ਹੋ ਗਿਆ ਉਦਘਾਟਨ? ਹਾਂ ਅੱਛਾ, ਚੱਲ ਆਹ ਕਰਦੇ ਕਬੂਤਰ ਬੰਦ ਕਰ ਦਿਓ ਯਾਰ, ਦਾਣੇ ਦੇਖ ਲੈ ਲੈ, ਪਹਿਲਾਂ ਦਾਣਿਆਂ ਨੂੰ ਕਰੀ ਗਏ, ਹੁਣ ਖਾਧੇ ਵੀ ਨਹੀਂ। ਹੈਂ ਕਿਆ ਵਸਾਇਆ? ਹਾਂ ਗੋਡੇ ਦੇ ਸੁੱਜਿਆ ਹੋਇਆ, ਕੱਲ੍ਹ ਨੂੰ ਲਵਾ ਦਾਂਗੇ ਟੀਕਾ, ਨਾਲੇ ਇਹਦੇ ਲਵਾਈ ਯਾਰ ਚਮੜੀ ਦਾ ਟੀਕਾ ਕੱਟੇ ਦੇ, ਠੀਕ ਆ। ਚੱਲ ਜੱਸੇ ਕਰਦੇ ਅੰਦਰ, ਲਾ ਗੇਟ ਬੰਦ ਹੋਏ, ਗਲਾ ਜਿਹਾ ਖਰਾਬ ਹੋ ਗਿਆ ਹਾਲਾ ਜੱਸੇ ਅੱਜ ਰਸ ਪੀ ਕੇ। ਹੈਂ ਆਇਆ ਨਹੀਂ ਵੀਰਾ ਯਾਰ, ਉਹ ਬੱਲਬ ਕਦੇ ਹਿਲਦਾ? ਠੀਕ ਆ ਠੀਕ ਆ, ਹਾਂ ਨੂਰੀ ਮਾਰਦੀ ਆ ਅਲਾਰਮ, ਨਿਖਰੀ ਪਈ ਅੱਜ ਤਾਂ, ਦੇਖੋ ਕੰਨ ਕੁੰਨ ਐਨ ਕਿਵੇਂ ਜੋੜੀ, ਓਹੋ ਆ ਦੇਖੋ। ਓਕੇ ਰਿਪੋਰਟ ਕਰਤੇ ਵੀ ਕਬੂਤਰ ਦਾ ਬੰਦ, ਹੁਣ ਦੁੱਧ ਦੱਧ ਪਾਇਆ ਹੀ ਹੈ, ਠੀਕ ਆ, ਫਿਰ ਉਹ ਤੋਂ ਬਾਅਦ ਚੱਲਦੇ ਆ ਗਰਾਊਂਡ। ਚੱਕ ਬਈ, ਲੈ 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 ਦੇਖ ਬਈ, ਜੱਸੇ ਦਾ ਬਲੌਗ ਪਾਤਾ ਅੱਜ ਨਾ, ਪਰ ਇਹ ਤਾਂ ਕੱਲ ਨੂੰ ਪੈਣਾ ਬਲੌਗ, ਕੱਲ ਪਾਇਆ ਤਾਂ ਬਈ ਦੇਖ ਲਿਓ, ਇੱਕ ਤਾਂ ਉਲਟ ਉਲਟ ਹੋ ਜਾਂਦਾ ਬਲੌਗ ਇਹਦਾ, ਹੁਣ ਪਾ ਕੇ ਹਟਿਆ, ਮਤਲਬ ਆਹ ਵੀਡੀਓ ਕੱਲ ਨੂੰ ਆਊ, ਮੈਂ ਆਪਣਾ ਵੀ ਹੁਣ ਪਾ ਕੇ ਹਟਿਆ, ਉਹ ਵੀਡੀਓ ਕੱਲ ਆ ਲਈ, ਕਿਹੜੇ ਹਿਸਾਬ ਨਾਲ ਗਈ ਯਾਰ ਸਾਨੂੰ ਨਹੀਂ ਸਮਝ ਆਉਂਦੀ। ਹੁਣ ਚੱਲਦੇ ਹਾਂ ਅਤੇ ਦੁੱਧ ਪਾਇਆ ਹੀ ਹੈ, ਫਿਰ ਜਾਣਾ ਗਰਾਊਂਡ 'ਚ, ਉਹਨੂੰ ਗੱਡੀ ਵੀ ਧੋਣੇ ਵਾਲੀ ਹੋ ਗਈ, ਆਫ ਰੋਡਿੰਗ ਕਰੀ ਦੀ, ਆਫ ਰੋਡਿੰਗ। ਹੈਂ ਉਹ ਉੱਥੇ ਯਾਰ ਖਮਾਣੋ ਸੂਗਾ ਨਹੀਂ ਪੜਦੇ, ਚਲੋ ਬਈ ਪਾਇਆ ਹੀ ਹੈ, ਠੀਕ ਆ, ਪਜੈਰੋ ਦੇਖ ਲਈਏ ਪਹਿਲਾਂ ਬਈ, ਇਹਦੀ ਕੱਲ੍ਹ ਬੈਟਰੀ ਡਾਊਨ ਹੋ ਗਈ ਤੀ ਇਹ, ਹਾਂ ਹਾਂ ਚੱਕ ਲਈ ਸੈਲਫ, ਅਤੇ ਚਲੋ ਬਈ ਦੁੱਧ ਤਾਂ ਪਾਇਆ ਹੀ ਹੈ, ਗਰਾਊਂਡ 'ਚ ਆ ਕੇ ਮਿਲਦੇ ਆ, ਠੀਕ ਆ। ਪਹੁੰਚ ਗਏ ਬਈ ਗਰਾਊਂਡ 'ਚ, ਤੁਹਾਨੂੰ ਮੈਂ ਦਿਖਾਉਣਾ, ਖੜ੍ਹ ਜਾਓ, ਬੜੀਆਂ ਰੇਟਾਂ ਬੰਦ ਕਰੀਆਂ ਪਹਿਲਾਂ, ਇੱਧਰ ਦੇਖੋ ਅਮਨ ਆ, ਕਰੀ ਬੰਦ ਸਾਰਾ ਕੁਝ ਕਰੀ ਬੰਦ, ਹਾਂ ਹੱਟਾਂ 'ਚ, ਬਾਕੀ ਹੁਣ ਬਾਅਦ 'ਚੋਂ ਦਿਖਾਉਂਦੇ ਹਾਂ ਤੁਹਾਨੂੰ। ਹੁਣ ਚਲਾਈਆਂ ਹੋਈਆਂ ਬੜੀਆਂ ਲਾਈਟਾਂ ਬਈ, ਆਹ ਦੇਖੋ ਚਾਨਣ ਪੂਰਾ, ਉਹ ਬੈਠੇ ਗੋਗੀ ਹੋਣੀ, ਉਹ ਖੇਡਦੇ ਫਿਰਦੇ ਗੁਰੀ ਹੋਣੀ,
ਇੱਧਰ ਆ ਗਿਆ ਉਹ ਗੱਗੂ ਨਹੀਂ, ਉਹ ਆਉਂਦੇ ਨੇ ਖੰਜੂਰਾਂ ਦੇ ਵਿੱਚ। ਚਲੋ ਹੁਣ ਲਾਈਟਾਂ ਕਰੀਏ ਬੰਦ, ਫਿਰ ਆਪਾਂ ਦੇਖਦੇ ਹਾਂ ਦੋਨੇ ਹੱਟਾਂ ਦੀਆਂ। ਉਹ ਵੀ ਰੈੱਡ ਕਰਿਆ ਜਾਂਦਾ ਜਾ ਕੇ, ਉਹਨੂੰ ਜਿਹੜੀਆਂ ਬਲਿਊ ਨੇ ਉਹਨਾਂ ਨੂੰ ਵੀ ਰੈੱਡ ਕਰਦੇ ਹਾਂ। ਕਰਦੇ ਹਾਂ ਬੰਦ ਹੁਣ, ਫਿਰ ਆਹ ਸਿਸਟਮ ਲਵਾ ਤਾ ਅੰਦਰ, ਲੈ ਭਾਈ ਦੇਖੋ ਫਿਰ ਹੁਣ ਐਂਡ ਗੱਲਬਾਤ ਹੈ। ਰੈੱਡ ਬਲਿਊ ਉੱਪਰ ਵਾਲੀਆਂ ਵੀ ਤੁਹਾਨੂੰ ਦਿਖਾਉਂਦੇ ਹਾਂ, ਥੋੜ੍ਹੀਆਂ ਦੂਰ ਹੋ ਕੇ ਦਿਖਾਉਣਾ, ਫਿਰ ਦੇਖਣਗੀਆਂ ਚੱਜ ਨਾਲ। ਉਹ ਵੀ ਰੈੱਡ ਕਰਨਗੇ ਗੋਗੀ, ਉਹ ਦੇਖੋ ਲੈ। ਓਕੇ ਰਿਪੋਰਟ, ਚਲੋ ਬਾਈ ਜਾਂਦੇ ਹੋਏ ਮਿਲਦੇ ਹਾਂ। ਹੁਣ ਆਹ ਕਲਿੱਪ ਜੋੜਦਾ ਬਾਈ ਵਿੱਚ, ਦੂਜੀ 'ਚ ਫਲੈਸ਼ ਮੱਚਦੀ ਤੀ, ਆਹ ਦੇਖੋ, ਆਹ ਦੇਖੋ। ਓਕੇ ਉਹ ਸਾਰਾ ਹਨੇਰੇ 'ਚ ਖੇਲੀ ਜਾਂਦੇ ਹਾਂ। ਲਓ ਜੀ ਹੁਣ ਜਾਂਦੇ ਜਾਂਦੇ ਪਾਣੀ ਵੀ ਲਾ ਦਈਏ ਗਰਾਊਂਡ ਨੂੰ ਸਾਰੇ ਨੂੰ। ਹਾਂ ਲੈ ਅੱਧੇ ਨੂੰ ਤਾਂ ਲੱਗ ਗਿਆ, ਮੰਨ ਲਓ ਕਰ ਲਓ ਕੰਮ ਕੋਈ, ਬਹੁਤ ਵਧੀਆ ਕੰਮ ਕਰ ਰਹੇ ਹੋ। ਲੈ ਬਈ ਮਿੱਤਰੋ ਪਾਣੀ ਪੂਣੀ ਪੈ ਗਿਆ ਖੰਜੂਰਾਂ 'ਚ, ਲਾਈਟਾਂ ਵੀ ਤੁਹਾਨੂੰ ਦਿਖਾ ਦੀਆਂ, ਕੰਮ ਵੀ ਸਾਰੇ ਨਿਬੜ ਗਏ। ਹੁਣ ਚੱਲਦੇ ਆਪਾਂ ਘਰ ਨੂੰ, ਟਾਈਮ ਹੋ ਗਿਆ ਬਹੁਤ, ਅਤੇ ਮਿਲਾਂਗੇ ਅਗਲੇ ਵਲੋਗ 'ਚ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਚੱਲੀਏ ਘਰ ਨੂੰ, ਠੀਕ ਹੈ। ਹੁਣ ਮਿਲਦੇ ਆ ਅਗਲੇ ਵਲੋਗ 'ਚ।